हुण पोटाश दियां वधियां कीमतां तों किसान निराश ने। जानकारी दिंदिया मोगा दे चीफ खेतीबाड़ी अफसर प्रतपाल सिंह ने दस्या कि खाद कंपनियां ने डीएपी खाद दा गट्टा 1200 रुपए तो वधा के 1350 रुपए ते पोटाश दा गट्टा 1100 तो वधा के 1700 रुपए कर दिता है। उन्होंने कहा कि आम तौर ते पोटाश दी पंजाब दे विच ज्यादा जरूरत नहीं हुंदी, पर फिर भी कई खेतां विच जिथे पोटाश दी लोड़ हुंदी है उथे मैं किसानां नूं अपील करदा हां कि उह पोटाश पाउण तों पहलां अपने खेत दी मिट्टी जरूर टैस्ट करवा लैण। ਬਾਸ ਦੇ ਰੇਟਾਂ ਵਿੱਚ 600 ਰੁਪਏ ਵਾਧਾ ਕੀਤਾ ਗਿਆ ਜੀ। ਇਹ ਕਿਸਾਨ ਤਾਂ ਪਹਿਲੇ ਬਹੁਤ ਡੁੱਬੇ ਪਏ ਜੀ, ਕਿਸਾਨਾਂ ਨੂੰ ਬਹੁਤ ਕਣਕ ਤੋਂ ਘਾਟਾ ਪਿਆ ਜੀ, ਅਤੇ ਹੁਣ ਹੋਰ ਸਾਨੂੰ ਘਾਟਾ ਜਿਹਾ ਚੱਲ ਰਿਹਾ, ਸੌਦਾ ਜਾ ਰਿਹਾ ਜੀ। ਇਹ 600 ਰੁਪਇਆ ਬਹੁਤ ਜ਼ਿਆਦਾ ਹੈ ਜੀ। ਇਹ ਸਰਕਾਰ ਨੂੰ ਇਹ ਬੇਨਤੀ ਕਰਦੇ ਹਾਂ ਜੀ, ਖਾਦਾਂ ਦੇ ਰੇਟ ਵਾਪਸ ਦਿੱਤੇ ਜਾਣ, ਸਹੀ ਰੇਟ ਦਿੱਤਾ ਜਾਵੇ। ਇਹਦਾ ਫਾਇਦਾ ਜੀ ਤੁਹਾਨੂੰ ਦੱਸਦੇ ਜੀ, ਮੁੜ ਤੋਂ ਲਾ ਕੇ ਪਹਿਲਾਂ ਤਾਂ ਸਾਨੂੰ ਇਹਦੇ 'ਤੇ ਬਹੁਤ ਸਬਸਿਡੀ ਮਿਲਦੀ ਸੀ। ਪਹਿਲਾਂ ਤਾਂ ਗੌਰਮੈਂਟ ਸਾਰੀ ਸਬਸਿਡੀ ਕੱਟ ਦਿੱਤੀ, ਸਬਸਿਡੀ ਕੱਟ ਕਰਨ ਨੇ ਸਾਨੂੰ ਡਾਈ ਦਾ ਰੇਟ ਪਹਿਲੇ 1200 ਰੁਪਈਆ ਮਿਲਦੀ ਸੀ, 150 ਰੁਪਈਆ ਡਾਈ ਦਾ ਹੋਰ ਲਾ ਕੇ 1350 ਮਿਲਣ ਲੱਗੀ। ਅੱਗੇ ਸਰ ਸਾਨੂੰ ਪਲਾਸ ਮਿਲਦੀ ਸੀ 1100, ਉਹ 600 ਰੁਪਈਆ ਪਲਾਸ 1700 ਰੁਪਈਏ ਦੱਸਦੇ, ਵੀ ਅੱਜ ਦਾ ਰੇਟ 1700 ਰੁਪਈਆ ਹੋ ਗਿਆ। ਦੱਸੋ ਕਿਸਾਨ ਤਾਂ ਅੱਗੇ ਹੀ ਮਾਰਿਆ ਪਿਆ, ਸਾਨੂੰ ਤਾਂ ਕਿਸੇ ਪਾਸੇ ਕੋਈ ਸਹੂਲਤ ਨਹੀਂ, ਵੱਡਿਆਂ ਬੱਕਰਾਂ ਨੂੰ ਕੋਈ ਸਹੂਲਤ ਦੇ ਰਹੀ ਹੈ, ਕਿਸਾਨਾਂ ਨੂੰ ਸਬਸਿਡੀ ਦੇਵੇ, ਉਹ ਰੇਟ ਜਿਹੜੇ ਵਾਧੇ ਕੀਤੇ ਉਹ ਵਾਪਸ ਨਹੀਂ। ਜਿਹੜੇ ਪੋਟਾਸ਼ ਹੈ ਉਹਦੇ ਰੇਟਾਂ 'ਚ 1100 ਤੋਂ ਜਿਹੜਾ ਪੁਰਾਣਾ ਰੇਟ ਸੀ 1100 ਰੁਪਏ ਪ੍ਰਤੀ 50 ਕਿਲੋ ਦੇ ਹਿਸਾਬ ਨਾਲ, ਤੇ ਹੁਣ ਉਹ ਜਿਹੜਾ ਰੇਟ ਹੈ 1700 ਰੁਪਇਆ ਪ੍ਰਤੀ 50 ਕਿਲੋ, ਯਾਨੀ ਕਿ 1 ਕੁਇੰਟਲ ਪਿੱਛੇ ਲਗਭਗ ਕਰੀਬ ਜਿਹੜਾ 1200 ਰੁਪਇਆ ਪ੍ਰਤੀ ਕੁਇੰਟਲ ਜਿਹੜਾ ਇਜ਼ਾਫਾ ਹੋਇਆ। ਮੁੱਖ ਖੇਤੀਬਾੜੀ ਅਫਸਰ ਪ੍ਰਿਤਪਾਲ ਸਿੰਘ ਸਾਡੇ ਨਾਲ ਨੇ, ਉਹਨਾਂ ਨਾਲ ਕਰਾਂਗੇ, ਚੀਫ ਨੇ ਮੋਗਾ ਜ਼ਿਲ੍ਹੇ ਦੇ, ਉਹਨਾਂ ਨਾਲ ਗੱਲ ਕਰਾਂਗੇ ਕਿ ਕਿੰਨੇ ਰੇਟਾਂ 'ਚ ਇਜ਼ਾਫਾ ਹੋਇਆ ਅਤੇ ਨਾਲ ਦੀ ਨਾਲ ਕਿਸਾਨਾਂ ਨੂੰ ਕੀ ਅਪੀਲ ਕਰਨਗੇ। ਸਰ ਕਿੰਨਾ ਰੇਟਾਂ 'ਚ ਇਜ਼ਾਫਾ ਹੋਇਆ ਸਰ? ਇਹਦਾ ਰੇਟ ਆ ਜਿਹੜਾ ਜਨਵਰੀ ਤੋਂ ਹੀ ਵੱਧ ਗਿਆ ਸੀਗਾ, ਵੈਸੇ ਜਿਹੜੀ ਸਪਲਾਈ ਆ ਗਈ ਸੀਗੀ ਜਨਵਰੀ ਤੋਂ ਹੀ ਤਕਰੀਬਨ 1200 ਰੁਪਏ ਪ੍ਰਤੀ ਕੁਇੰਟਲ ਜਿਹੜਾ ਰੇਟ ਇਹਦਾ ਵੱਧ ਗਿਆ ਸੀਗਾ। ਇਹਦੇ ਵਿੱਚ ਜੀ ਕਿਸਾਨ ਭਰਾਵਾਂ ਨੂੰ ਅਸੀਂ ਤਾਂ ਇਹੋ ਸਲਾਹ ਦੇਵਾਂਗੇ ਵੀ ਜਿਹੜਾ ਇਹ ਤੱਤ ਆ ਨਾ ਪੋਟਾਸ਼, ਇਹਦੀ ਜਿਹੜੀ ਘਾਟ ਆ ਬਹੁਤ ਘੱਟ ਪਾਈ ਜਾਂਦੀ ਆ ਪੰਜਾਬ ਦੀਆਂ ਜ਼ਮੀਨਾਂ ਦੇ ਵਿੱਚ, ਇਸ ਲਈ ਅਸੀਂ ਤਾਂ ਸਲਾਹ ਦੇਵਾਂਗੇ ਵੀ ਆਪਣੀ ਮਿੱਟੀ ਦੀ ਟੈਸਟ ਕਰਵਾ ਕੇ ਅਗਰ ਉਹਦੇ ਵਿੱਚ ਲੋੜ ਹੁੰਦੀ ਮਹਿਸੂਸ ਹੁੰਦੀ ਆ ਤਾਂ ਹੀ ਪਾਇਆ ਜਾਵੇ, ਅਦਰਵਾਈਜ਼ ਇਹ ਨਾ ਵਰਤਿਆ ਜਾਵੇ। ਜਥੇਬੰਦੀਆਂ ਦੇ ਨੁਮਾਇੰਦੇ ਨੇ, ਉਹਨਾਂ ਨਾਲ ਵੀ ਗੱਲ ਕਰ ਲੈਂਦੇ ਕਿ ਕੀ ਕਹਿਣਾ ਉਹਨਾਂ ਦਾ। ਸਰ ਇੱਥੇ ਖੇਤੀਬਾੜੀ ਦਫ਼ਤਰ ਪਹੁੰਚੇ ਹੋ, ਕਿਸ ਮੁੱਦੇ ਨੂੰ ਲੈ ਕੇ ਪਹੁੰਚੇ ਹੋ ਅਤੇ ਕੀ ਕਹਿਣਾ ਚਾਹੋਗੇ ਪੋਟਾਸ਼ ਦੇ ਰੇਟਾਂ 'ਚ ਇਜ਼ਾਫਾ ਹੋਇਆ? ਸਰਕਾਰ ਨੇ ਜੋ ਪੋਟਾਸ਼ ਦੇ ਰੇਟਾਂ 'ਚ 600 ਰੁਪਈਆ ਪ੍ਰਤੀ 50 ਕਿਲੋ ਦੀ ਬੋਰੀ ਦੇ ਹਿਸਾਬ ਨਾਲ ਵਧਾਇਆ ਹੈਗਾ, ਅਸੀਂ ਸਮਝਦੇ ਹਾਂ ਸਰਕਾਰ ਜਿਹੜੀ ਹੈਗੀ ਆ ਉਹ ਕਿਸਾਨਾਂ ਨਾਲ ਮੋੜ ਮੋੜ 'ਤੇ ਹਰ ਪੈਰ ਪੈਰ 'ਤੇ ਧੱਕੇ ਕਰ ਰਹੀ ਹੈਗੀ ਹੈ। ਪਹਿਲਾਂ DAP ਦੀ ਰੇਟ 'ਚ 150 ਰੁਪਈਆ ਪ੍ਰਤੀ ਥੈਲੇ ਦੇ ਹਿਸਾਬ ਨਾਲ ਵਧਾਤਾ, ਹੁਣ ਇਹਦੇ 'ਚ ਵਧਾਤਾ, ਰੋਜ਼ਾਨਾ ਕਿਸੇ ਨਾ ਕਿਸੇ ਕੀਮਤਾਂ ਜਿਹੜੀਆਂ ਵਧਾਈਆਂ ਜਾ ਰਹੀਆਂ, ਇਹ ਕਿਸਾਨਾਂ ਨਾਲ ਬਹੁਤ ਜ਼ਿਆਦਾ ਧੱਕਾ ਹੈਗਾ। ਅਸੀਂ ਸਮਝਦੇ ਹੈਗੇ ਹਾਂ ਕਿ ਇਹ ਜਿਹੜੇ ਰੇਟ ਵਧਾਏ ਗਏ ਆ ਸਰਕਾਰ ਨੂੰ ਵਾਪਸ ਲੈਣੇ ਚਾਹੀਦੇ ਹੈਗੇ ਆ, ਨਹੀਂ ਤਾਂ ਕਿਸਾਨਾਂ ਦਾ ਗੁੱਸਾ ਹੋਰ ਫੁੱਟੇਗਾ। ਚੀਫ ਸਾਹਿਬ ਕਹਿ ਰਹੇ ਆ ਕਿ ਲੋੜ ਜ਼ਿਆਦਾ ਨਹੀਂ ਹੁੰਦੀ ਪੰਜਾਬ 'ਚ ਪੋਟਾਸ਼ ਦੀ, ਜਿਹੜੇ ਮਿੱਟੀ ਆ ਉਹਨੂੰ ਟੈਸਟ ਕਰਾਉਣਾ ਚਾਹੀਦਾ ਲੈਬੋਰਟਰੀ 'ਚ ਜਾ ਕੇ, ਜ਼ਿਆਦਾ ਲੋੜ ਨਹੀਂ ਪੈਂਦੀ ਗੀ, ਉਸ 'ਤੇ ਕੀ ਕਹਿਣਾ ਚਾਹੋਗੇ? ਇਹ ਗੱਲ ਤਾਂ ਠੀਕ ਹੈਗਾ, ਲੈਬੋਰਟਰੀ 'ਚ ਟੈਸਟ ਕਰਾਉਣੀ ਚਾਹੀਦੀ ਹੈ, ਪਰ ਸਾਰੇ ਕਿਸਾਨ ਅਜਿਹਾ ਨਹੀਂ ਕਰਦੇ ਗੇ। ਜੇ ਲੈਬੋਰਟਰੀ 'ਚ ਟੈਸਟ ਕਰਾ ਕੇ ਜੇ ਲੋੜ ਵੀ ਪੈਂਦੀ ਹੈ ਤਾਂ ਉਹ ਮਹਿੰਗੇ ਭਾਅ 'ਤੇ ਮਿਲਣੀ ਹੈ, ਕਿਉਂਕਿ ਉਹਦੀ ਕੋਈ ਸਬਸਿਡੀ ਤਾਂ ਮਿਲਣੀ ਨਹੀਂ ਕੋਈ ਹੋਰ। ਸਹਿਯੋਗੀ ਨਿਸਾਰ ਦੇ ਨਾਲ ਨਵਦੀਪ ਸਿੰਘ, ਜ਼ੀ ਮੀਡੀਆ, ਮੋਗਾ।